ਬਾਬਾ ਨਾਨਕ ਆਇਆ ਨੇ ਸੁੱਖੀ ਦੀ ਭਾਸ਼ਾ ਤੂੰ ਠੀਕ ਆ, ਉਹਦੀ ਧੌਣ ਦੇ ਵਿੱਚ ਜਿਹੜਾ ਸਰੀਆ ਉਹਦਾ ਉਹ ਸਰੀਆ ਨਿਕਲਣਾ ਇਸਕਾ, ਜਿੱਦਾਂ ਉਹ ਬੋਲਦਾ ਮੈਨੂੰ ਨਹੀਂ ਲੱਗਦਾ ਕਿ ਉਹਦੇ ਘਰ ਦੇ ਵਿੱਚ ਉਹਦਾ ਪਰਿਵਾਰ ਕੀ ਕਹਿੰਦਾ ਹੋਊਗਾ। ਉਹ ਪਤਾ ਨਹੀਂ ਕਹਿੰਦੇ ਨਹੀਂ ਉਹਨੂੰ ਦਾਦ ਨੂੰ, ਉਹਦੇ ਬੱਚੇ ਬੁੱਚੇ ਵੀ ਪਾਪਾ ਠੀਕ ਬੋਲਿਆ ਕਰ। ਉਹਨਾਂ ਨੂੰ ਕਹੋ ਕਿ ਇੰਨਾ ਟਾਈਮ ਸਾਹਮਣੇ ਰਹੋ, ਕਿਤੇ ਕੱਢ ਕੇ ਵਿਖਾਓ ਤੇ ਰੰਧਾਵੇ ਦੇ ਤੁਹਾਡੀ ਤੇ ਫੇਰ ਆਵਾਜ਼ ਅਜੇ ਚੱਜਣਾ ਨਹੀਂ ਨਿਕਲਦੀ, ਰੰਧਾਵੇ ਦੇ ਸਾਹਮਣੇ ਆਵਾਜ਼ ਕੱਢ ਕੇ ਵਿਖਾਓ, ਤੁਹਾਡੇ ਕੰਨ ਨਾਲ ਖੜੇ ਪਾਪ। ਪਿਆਰ ਰੰਧਾਵਾ ਪਰਿਵਾਰ ਦਾ ਰਿਹਾ ਅਤੇ ਕ੍ਰਿਸ਼ਨ ਭਾਈਚਾਰੇ ਨਾਲ ਰਿਹਾ ਪੂਰੇ ਹਮਲੇ। ਅੱਜ ਉਹਨਾਂ ਦੀ ਜਿਹੜੀ ਪਹਿਲੀ ਰੈਲੀ, ਇੱਕ ਉਹ ਰੈਲੀ ਜਿਹੜੀ ਇਹਨਾਂ ਵਾਸਤੇ ਰੱਖੀ ਜਾਊਗੀ, ਉਹ ਇਕੱਲੀ ਵਿਸ਼ਾਲ ਰੈਲੀ ਜਿਹੜੀ ਕ੍ਰਿਸ਼ਨ ਭਰਾਵਾਂ ਦੇ ਲਈ ਹੋਊ। ਉਹਨਾਂ ਨੂੰ ਜਿਹੜਾ ਉਹਨਾਂ ਨੇ ਸਤਿਕਾਰ ਅੱਜ ਤੱਕ ਦਿੰਦੇ ਆਏ ਉਹਦੇ ਕਰਕੇ ਅੱਜ ਅਸੀਂ ਉਸੇ ਰੈਲੀ ਦੇ ਵਿੱਚ ਆ ਪਰਿਵਾਰਵਾਦ ਤੇ ਆ ਹੋਇਆ ਕਿ 2 ਲੱਖ ਵੋਟਰ ਇਹਨਾਂ ਦਾ ਪਰਿਵਾਰ। ਉਹਨਾਂ ਨੂੰ ਕਹੋ ਕਿ ਇੰਨਾ ਟਾਈਮ ਸਾਹਮਣੇ ਰਹੋ, ਕਿਤੇ ਕੱਢ ਕੇ ਵਿਖਾਓ ਤੇ ਰੰਧਾਵੇ ਦੇ ਤੁਹਾਡੀ ਤੇ ਫੇਰ ਆਵਾਜ਼ ਅਜੇ ਅਜੇ ਚੱਜ ਨਾਲ ਨਹੀਂ ਨਿਕਲਦੀ, ਰੰਧਾਵੇ ਦੇ ਸਾਹਮਣੇ ਆਵਾਜ਼ ਕੱਢ ਕੇ ਵਿਖਾਓ, ਤੁਹਾਡੇ ਕੰਨ ਨਾਲ ਖੜੇ ਤੇ ਪਾੜ ਦਿਓ। 2 ਸਾਲ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਵੱਡੇ ਵੱਡੇ ਬੋਰਡ ਲਾ ਕੇ ਕਹਿੰਦਾ ਸੀ ਕਿ ਮੈਂ ਬਣਵਾਇਆ ਉੱਥੇ, ਹੁਣ ਓਪੀਡੀ ਨਵੀਂ ਡੇਰਾ ਬਾਬਾ ਨਾਨਕ ਗੁਰੀ, ਹੁਣ ਇਹਨਾਂ ਨੇ ਉਹ ਰੌਲਾ ਪਾ ਦਿੱਤਾ ਕਿ ਅਸੀਂ ਬਣਵਾਈਏ। ਪਤਾ ਨਹੀਂ ਕਿਵੇਂ 6 ਮਹੀਨਿਆਂ 'ਚ ਇਹਨਾਂ ਦੀ ਤਿਆਰ ਹੋ ਜਾਂਦੀ ਹੈ। ਪਿਛਲੇ 2 ਸਾਲਾਂ ਦਾ ਜਿਹੜਾ ਕੰਮ ਚੱਲੀ ਜਾਂਦਾ ਸਾਡੇ ਟਾਈਮ ਦਾ ਉਹ ਕਿਤੇ ਵੇਖਦਾ ਨਹੀਂ, ਕਦੇ ਜਦੋਂ ਇਹਨਾਂ ਦੀ ਵਾਰੀ ਆਉਂਦੀ ਉਦੋਂ ਕਹਿੰਦੇ ਤਿਆਰ ਹੋ ਗਏ। ਕੰਮ ਤੇ ਕੋਈ ਵੀ ਨਹੀਂ ਹੋਇਆ, ਮੁੱਦੇ ਤੇ ਹਰ ਇਕੱਲਾ ਇਕੱਲਾ ਮੁੱਦਾ ਹੀ ਅੱਜ ਖੜਾ ਹੋਇਆ। ਰੰਧਾਵਾ ਸਾਹਿਬ MP ਨੇ, ਅਗਰ ਮੈਡਮ MLA ਬਣ ਕੇ ਜਾਂਦੇ ਨੇ ਤੇ ਕਿਹੜੀ ਐਸੀ ਮੁਸ਼ਕਲ ਤੁਹਾਡੇ ਸਾਹਮਣੇ ਆਈ ਹੈ ਜਿਹੜੀ ਹਲਕੇ ਦੇ ਹਾਲੇ ਤੋਂ ਮੁਕੰਮਲ ਹੋਈ? ਮੇਰੀ ਗੱਲ ਸੁਣੋ ਜੀ, ਸਭ ਤੋਂ ਵੱਧ ਜਿਹੜੀ ਆਵਾਜ਼ ਚੁੱਕਣੀ ਜ਼ਰੂਰੀ ਹੁੰਦੀ ਹੈ। ਅੱਜ ਰੰਧਾਵਾ ਸਾਹਿਬ MP ਬਣ ਕੇ ਗਏ, ਪਹਿਲਾਂ BJP ਦੇ MP ਹੁੰਦੇ ਸੀ, ਜਿੱਥੇ 5-5 ਹਜ਼ਾਰ BJP ਨੂੰ ਵੋਟ ਪੈਂਦੀ ਰਹੀ ਹੈ, ਉੱਥੇ BJP ਕਦੀ ਕੰਮ ਕਰਨ ਨੂੰ ਤਿਆਰ ਹੀ ਨਹੀਂ ਹੁੰਦੀ। ਇੱਥੇ ਵੀ ਹੁਣ ਰੰਧਾਵਾ ਸਾਹਿਬ MP ਬਣ ਕੇ ਗਏ, ਜਿੰਨੀ ਸੈਂਟਰ ਦੀਆਂ ਸਕੀਮਾਂ ਉਹ ਰੰਧਾਵਾ ਸਾਹਿਬ ਲੈ ਕੇ ਆਉਣਗੇ ਤੇ ਉਹਨਾਂ ਨੂੰ ਇੰਪਲੀਮੈਂਟ ਜਿਹੜੇ ਹੁਣ ਮੰਮਾ ਕਰਨਗੇ। ਮੇਰੀ ਗੱਲ ਸੁਣ ਜੀ, ਜਿੱਤ ਮੈਂ ਤਾਂ ਵੇਖਦਾ ਕਿ ਅੱਜ ਖੁਸ਼ੀ ਮੈਨੂੰ ਆਹ ਹੈ ਕਿ ਮੇਰੀ ਮਾਂ ਨੂੰ ਹਰਾਉਣ ਲਈ 2 ਮੁੱਖ ਮੰਤਰੀ ਇੱਥੇ ਆ ਗਏ ਨੇ, 5 ਮੰਤਰੀਆਂ ਦੀ ਡਿਊਟੀ ਹੈ, 20 MLA ਦੀ ਡਿਊਟੀ ਹੈ, ਪਰ ਇਹਨਾਂ ਕੋਲੋਂ ਮੇਰੀ ਮਾਂ ਨਹੀਂ ਕਰਦੀ।